सौरभ भाई ने कर दी कैसे सेंड उसे हां मैं कर दी करने को तो कर दी एक बार कॉल भी कर देना उसे कॉल करके कह दो कहां कहां पहुंच गए मेरठ से आया वो बंदा मेरे को कॉल करता हूँ जो बोले सत्याकाल काका जी ना जरूर आगे वीर पक्के Gracias.
ले बुआ तो पर ले हो गया बस पकड़ने आज तो कनेक्शन आ जाओ ना आज इधर आ जाओ।
शांत भाई आपने मेरा मोबाइल चला दिया। प्रशांत प्रशांत ब्रो ਇਹ ਪਰਸਨਲ ਭਾਜੀ ਭੇਜਣਗੇ ਭਾਜੀ ਉਹ ਯੂਟਿਊਬ ਦੇ ਆਪਣੇ ਫਿਰ ਸਾਰਾ ਕਰ ਦੇਣਗੇ ਮੇਨ ਮੇਨ ਉਹ ਫਿਰ ਆਪਣੇ ਕਰਾ ਦੇ ਠੀਕ ਹੈ ਕੰਮ ਮਤਲਬ ਇੱਕੋ ਤਰਫ ਆਪਣੇ ਗਰੁੱਪ ਨੇ ਆਪਾਂ ਡਿਸਕਸ ਕਰਕੇ ਫਿਰ ਸਾਰੇ ਜਿਹੜੇ ਗਰੁੱਪ ਹੈ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਜਿਨ੍ਹਾਂ ਚੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਹੜੇ ਦਰਸ਼ਨ ਦਾ ਸੇਵਾ ਸੰਭਾਲ ਦਾ ਦਾਸ ਖਾਲਸਾ ਜੀ ਨੇ ਬਖਸ਼ਣਾ ਕਿ ਨਿਮਾੜਿਆਂ ਦੀ ਮਾਂ ਦੇ ਤਾਣਿਆਂ ਦੇ ਤਾਣਿਆਂ ਉੱਤੇ ਵੀ ਉਹ ਆਪਣੇ ਆਸਰੇ ਅਭਿਆਸ ਦੇ ਸੱਚੇ ਪਿਤਾ ਹੇ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੀ ਰਹਿਮਤ ਕਿਰਪਾ ਦੇ ਅਨੁਸਾਰ ਚੌਧਰੀ ਮੁਹੰਮਦ ਤਾਇਬ ਜੀ ਨੂੰ ਜੋ ਇਹ ਪਰਿਵਾਰ ਨੂੰ ਆਪ ਜੀ ਨੇ ਸੋਹਣਾ ਜਿਹਾ ਮਕਾਨ ਬਖਸ਼ਿਸ਼ ਕੀਤਾ ਹੈ ਔਰ ਜਿੰਨੇ ਵੀ ਦੂਰੋਂ ਭੈਣ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਹਾਜ਼ਰ ਹੋਏ ਨੇ ਸਾਰਿਆਂ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋ ਜਿਹੜੀ ਹੈ ਸੱਚੇ ਪਾਤਸ਼ਾਹ ਪਰਿਵਾਰ ਨੂੰ ਇਸ ਗ੍ਰਹਿ ਵਿਖੇ ਸੁੱਖ ਸ਼ਾਂਤੀ ਬਤੀਤ ਕਰਨੀ ਪਰਿਵਾਰ ਦਾ ਆਪਸੀ ਪਿਆਰ ਸਲੂਕ ਤਵਾਕ ਬਖਸ਼ਣਾ ਪਰਿਵਾਰ ਨੂੰ ਤਰੱਕੀਆਂ ਬਖਸ਼ਣੀਆਂ ਇਸ ਘਰ ਵਿੱਚ ਰਹਿਣ ਦੀ ਸੱਚੇ ਪਾਤਸ਼ਾਹ ਲੰਬੇ ਸਮੇਂ ਤੱਕ ਰਹਿਮਤ ਵਰਤਾਉਣੀ ਸੱਚੇ ਪਾਤਸ਼ਾਹ ਜਿੰਨਾ ਵੀ ਸਰਦਾਰ ਹਨ ਨੇਕ ਸਿੰਘ ਰੰਧਾਵਾ ਹੈਲਪਲਾਈਨ ਕਨੇਡਾ ਦੇ ਜਿੰਨੇ ਵੀ ਗਰੁੱਪ ਨੇ ਜਿੰਨੇ ਬੱਚੇ ਬੱਚੀਆਂ ਨੇ ਇਹਦੇ ਵਿੱਚ ਸਹਾਇਤਾ ਕੀਤੀ ਹੈ ਸੱਚੇ ਪਾਤਸ਼ਾਹ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਔਰ ਅੱਗੇ ਤਾਂ ਵੀ ਇਸੇ ਤਰ੍ਹਾਂ ਗਰੁੱਪ ਨੂੰ ਆਪਸੀ ਪਿਆਰ ਸਲੂਕ ਤਵਾਕ ਬਖਸ਼ਣਾ ਔਰ ਸਾਰੇ ਜਿੱਥੇ ਵੀ ਸਾਡੀ ਇਹ ਸੇਵਾ ਚੱਲੇ ਉਹਦੇ ਵਿੱਚ ਜਿਸ ਤਰ੍ਹਾਂ ਕਿ ਗਰੁੱਪ ਸਹਾਇਤਾ ਕਰੇ ਇਸੇ ਤਰ੍ਹਾਂ ਸਹਾਇਤਾ ਕਰਦਾ ਰਹੇ ਬਾਕੀ ਸੱਚੇ ਪਿਤਾ ਆਪ ਜੀ ਦੀ ਕਿਰਪਾ ਰਹਿਮਤ ਰਹੇ ਸੱਚੇ ਪਾਤਸ਼ਾਹ ਸੋਈ ਪ੍ਰੇਮੀ ਮਿਲਾਣੇ ਜਿਨ੍ਹਾਂ ਮਿਲਿਆ ਤੇਰੇ ਨਾਮ ਸਤਾਗ ਨਾਨਕ ਨਾਮ ਚੜ੍ਹਦਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਵਾਹਿਗੁਰੂ ਜੀ ਕਾ